ਛੁੱਪ ਬੈਠਿਆਂ ਨੂੰ ਮਾੜਾ ਨਾ ਸਮਝਿਓ, ਇੰਟਰਨੈਸ਼ਨਲ ਸਟੂਡੈਂਟ ਆ ਬਾਈ, ਥਾਈਓ ਤੁਹਾਡੇ ਭੇਦ ਖੋਲਦੇ ਨੀ। ਆ ਜਿਹੜੇ ਭੂਆ ਮਾਸੀਆਂ ਨਾਲ ਵਿਆਹ ਕੇ ਸਿਟੀ ਜੰਜੇ ਹੋਏ ਆ, ਬਸ ਉਹੀ ਟੱਪਦੇ ਆ, ਬਾਕੀ ਜਿਹੜੇ ਮਿਹਨਤਾਂ ਨਾਲ ਅੱਗੇ ਆਏ ਆ ਉਹ ਤਾਂ ਵਿਚਾਰੇ ਚੰਗੇ ਆ, ਤਾਹੀਓ ਕੁਛ ਬੋਲਦੇ ਨੀ। ਹੁਣ ਧਿਆਨ ਨਾਲ ਸੁਣਿਓ, ਸਟਰਗਲ ਆਫ ਅਵਰ ਲਾਈਫ ਦੀ ਗੱਲ ਮੈਂ ਕਰਨ ਲੱਗੇ ਆ, ਚੰਗੇ ਤਰੀਕੇ ਨਾਲ ਬਿਆਨ ਕਰੂੰ, ਸਮਝਿਓ ਨਾ ਤੁਹਾਡੇ ਵਾਂਗੂ ਲੜਨ ਲੱਗੇ ਆ। ਸਤਿ ਸ੍ਰੀ ਅਕਾਲ ਬਾਈ, ਮੈਂ ਪਰਭ ਸੇਖੋਂ ਵੀਰੇ, ਤੇ ਅੱਜ ਵੀਰੇ ਔਨ ਦਾ ਡਿਮਾਂਡ ਵੀਡੀਓ ਪਾਉਣ ਲੱਗਿਆ। ਇੱਕ ਕੈਨੇਡਾ ਵਾਲੇ ਵੀਰ ਦਾ ਫੋਨ ਜਿਹਾ ਆਇਆ ਸੀਗਾ, ਕਹਿੰਦਾ ਵੀਰੇ ਇਹਨਾਂ ਨੇ ਚੰਗਾ ਤੰਗ ਜਿਹਾ ਕੀਤਾ, ਕਹਿੰਦਾ ਇਹਨਾਂ ਬਾਰੇ ਵੀ ਕੁਛ ਬੋਲ ਹਨਾ। ਤੇ ਵੀਰੇ ਹੁਣ ਮੈਂ ਇਹਨਾਂ ਨੂੰ ਸਮਝਾਉਣ ਲੱਗਿਆ ਵੀ ਸਟੂਡੈਂਟ ਲਾਈਫ ਦਾ ਸਟਰਗਲ ਕੀ ਆ, ਤੇ ਹਨਾ ਸਾਡੇ ਬਾਕੀ ਆਸਟ੍ਰੇਲੀਅਨ ਕੈਬੀਆਂ ਦੀ ਗੱਲ ਕਰਾਂਗੇ ਹਨਾ, ਜਿਹੜੀ ਸਾਡੀ ਅਸਲ ਜੋਬ ਆ। ਹਾਂਜੀ ਵੀਰੇ, ਕੀ ਕਹਿੰਦਾ ਖਨਾ, ਜੋ ਕਹਿੰਦੇ ਸਟੂਡੈਂਟ ਲਾਈਫ ਈਜੀ ਆ, ਉਹਨਾਂ ਦੇ ਵਹਿਮ ਮੈਂ ਮਨ ਚੋਂ ਲਾਉਣ ਲੱਗੇ ਆ। ਆਸਟ੍ਰੇਲੀਅਨ ਕੈਪੀਆਂ ਤੇ ਝਮੇਲੇ ਸਟੂਡੈਂਟ ਲਾਈਫ ਦੇ, ਆਪਣੀ ਜਵਾਨੀ ਮੈਂ ਤੁਹਾਨੂੰ ਸੁਣਾਉਣ ਲੱਗੇ ਆ। 6 ਵਜੇ ਅੱਖ ਖੁੱਲਦੇ ਹੀ ਕਾਲਜ ਦਾ ਖਿਆਲ ਜਿਹਾ ਸਤਾਉਣ ਲੱਗਦਾ, ਕਿੰਨੀਆਂ ਰਹਿੰਦੀਆਂ ਅਸਾਈਨਮੈਂਟਾਂ ਡਿਊ ਹੋਣ ਨੂੰ, ਦਿਮਾਗ ਤੇ ਬੋਝ ਜਿਹਾ ਪਾਉਣ ਲੱਗਦਾ, ਕਈ ਕਾਲੀ ਦੇ ਵਿੱਚ ਆਮਲੇਟ ਵੀ ਅੱਧਾ ਕੱਚਾ ਪੱਕਾ ਰਹਿ ਜਾਂਦਾ, ਪਾ ਕਿਤਾਬਾਂ ਬੈਗ 'ਚ ਮਿੱਤਰੋ, 7 ਵਜਦੇ ਨੂੰ ਗੱਡੀ 'ਚ ਬਹਿ ਜਾਂਦਾ, ਅੱਖ ਬੰਦ ਕੱਚੀ ਨੀਂਦ, ਲੈ ਲੈਕਚਰ ਨੂੰ ਅਟੈਂਡ ਕਰੀਦਾ, ਲੈ ਕੇ ਸੁਪਨੇ ਡਿਗਰੀਆਂ ਦੇ, ਔਖਾ ਸੌਖਾ ਟਾਈਮ ਨੂੰ ਸਪੈਂਡ ਕਰੀਦਾ, ਫਾਸਟ ਫਾਰਵਰਡ ਇਸ ਜ਼ਿੰਦਗੀ 'ਚ, ਕਾਸ਼ ਕੋਈ ਬੈਕ ਗੇਅਰ ਹੁੰਦਾ, ਲੋਕੀ ਮਾਸਟਰ ਡਿਗਰੀਆਂ ਚੱਕੀ ਫਿਰਦੇ, ਮੈਥੋਂ ਸਾਰਾ ਡਿਪਲੋਮਾ ਆਫ ਬਿਜ਼ਨਸ ਨਾਲ ਕਲੀਅਰ ਹੁੰਦਾ, 3-3 ਘੰਟੇ ਦੇ 3 ਲੈਕਚਰ ਲਾ, ਸ਼ਾਮ ਨੂੰ ਦਿਮਾਗ ਚੱਲ ਕਰੀਦਾ, ਮਾਰ ਗੱਲਾਂ 4 ਬਾਪੂ ਨਾਲ, ਜ਼ਿੰਦਗੀ ਦੀ ਬੋਰਨੈਸ ਨੂੰ ਫਿੱਲ ਕਰੀਦਾ। ਕੀ ਲੱਗਦਾ ਬਾਈ, ਵੀਡੀਓ ਮੁੱਕ ਗਈ? ਨਾ ਨਾ ਬਾਈ, ਨਾ ਨਾ, ਟੈਂਸ਼ਨ ਹਜੇ ਗਲੋਂ ਲਈ ਨੀ, ਹਜੇ ਕੰਮ ਦੀ ਗੱਲ ਜਾਣੀ, ਸਾਡੇ ਟੈਕਸੀ ਡਰਾਈਵਰਾਂ ਦੀ ਗੱਲ ਤਾਂ ਮੈਂ ਕਹੀ ਨੀ। ਹਾਂਜੀ, ਫਿਰ ਸ਼ਾਮ ਦੇ 6 ਵਜੇ ਤੋਂ ਕੈਬ ਦਾ ਪਿੰਨ ਲੌਗਇਨ ਕਰੀਦਾ, ਲੰਘ ਜੇ ਰਾਤ ਸੁੱਖਾਂ ਦੀ, ਰੱਬ ਦਾ ਧਿਆਨ ਧਰੀਦਾ, ਪਲੋਟ ਹੋਲਡਰ ਆਪਾਂ ਝੱਟ ਮਾਰ ਦਿੰਦੇ ਜਿੱਧਰ ਦੀ ਜੋਬ ਡਿਸਪੈਚ ਹੋ ਜੇ, ਸਾਡਾ ਪੀਅਰ ਜਿੰਨਾ ਚਾ ਚੜ ਜਾਂਦਾ ਜੇ ਕਿਧਰੇ ਰਿਟਰਨ ਦੀ ਜੋਬ ਕੋਈ ਕੈਚ ਹੋ ਜੇ, ਬੜੀ ਲਾਈਫ ਸਮੂਥਲੀ ਚੱਲੀ ਜਾਂਦੀ, ਨਾ ਲੱਗਦਾ ਜ਼ਿੰਦਗੀ ਵਿੱਚ ਹੁਣ ਅੜਕਾਂਗੇ, ਕਦੇ ਕਦੇ ਸੋਚੀ ਪੈ ਜਾਂਦੇ, ਅੱਧੀ ਲਾਈਫ ਲੰਘ ਗਈ ਪੜਦਿਆਂ ਦੀ, ਹੁਣ ਅੱਧੀ ਲੰਘੂ ਸੜਕਾਂ ਤੇ, 11 ਵਜਦੇ ਨੂੰ ਚਾਹ ਦਾ ਕੱਪ ਪੀ ਕੇ ਮਾਇੰਡ ਨੂੰ ਪੂਰਾ ਅਵੇਕ ਰੱਖਦੇ, ਸਾਡੀ ਯਾਰੀ ਲੰਮੀਆਂ ਰੂਟਾਂ ਨਾਲ ਰਾਹਾਂ ਨੂੰ ਮੱਥਾ ਟੇਕ ਰੱਖਦੇ, ਹੁਣ ਕੰਮ ਥੋੜਾ ਜਿਹਾ ਮੰਦਾ ਆ, ਖਰਦਾ 6 ਘੰਟੇ ਦੀ ਜਗ੍ਹਾ 8 ਪੈਂਦਾ, ਪਰ ਜਦ ਹਿਸਾਬ ਜਿਹਾ ਲਾਈਏ ਕਮਾਈ ਦਾ, ਜਿੰਨਾ ਖਰੀਏ ਉਨਾ ਘੱਟ ਪੈਂਦਾ, ਉਹ ਜ਼ਿੰਦਗੀ ਦਾ ਨਾਮ ਗੁਜ਼ਾਰਾ ਏ, ਸਬਰ ਨਾਲ ਕਰੀ ਜਾਂਦੇ ਆ, ਆਹ ਜਿੰਨਾ ਕਮਾਉਂਦੇ ਆ ਟੈਕਸੀ 'ਚੋਂ ਉਨੇ ਦੀ ਤਾਂ ਫੀਸਾਂ ਕਾਲਜ ਵਾਲਿਆਂ ਨੂੰ ਭਰੀ ਜਾਂਦੇ ਆ, 3-4 ਯਾਰ ਰਹਿੰਦੇ ਗਰੁੱਪ ਕਾਲ ਤੇ, ਰਾਤ ਨੂੰ ਪਤਾ ਨਹੀਂ ਲੱਗਦਾ ਕਦੋਂ ਬਤੀਤ ਹੁੰਦੀ, ਅਥੱਕ ਹਾਰ ਕੇ ਪੂਰੇ ਦਿਨ 'ਚੋਂ ਨੀਂਦ 3-4 ਘੰਟਿਆਂ ਦੀ ਨਸੀਬ ਹੁੰਦੀ, ਮੁੱਕਦੀ ਗੱਲ ਇੱਥੇ ਆ, ਸਾਡੀ ਇਹੀ ਸਵੇਰ ਤੋਂ ਸਵੇਰ ਦੀ ਰੂਟੀਨ ਆ, ਆ ਫੋਨ ਫਾਨ ਦਾ ਤਾਂ ਬਾਈ ਸਾਲਾ ਟਾਈਮ ਜਿਹਾ ਨਾ ਲੱਗਦਾ, ਸਹੇਲੀ ਤਾਂ ਹੀ ਵੱਕ ਕੇ ਕਹਿ ਜਾਂਦੀ ਆ, ਪਰ ਵਸਿਆਂ ਤੂੰ ਬੜਾ ਮੀਨ ਆ, ਔਖਾ ਬਾਈ, ਉਹ ਵਰਕ ਹਾਰਡ ਕਰਕੇ ਰੋਟੀ ਟੌਰ ਨਾਲ ਖਾਂਦੇ, ਤੁਹਾਡੇ ਵਾਂਗੂ ਮਾਰਦੇ ਕਿਸੇ ਦਾ ਹੱਕ ਨਹੀਂ, ਜੇ ਸਟੂਡੈਂਟਾਂ ਬਾਰੇ ਤੁਸੀਂ ਸਾਲੇ ਚੰਗਾ ਨਹੀਂ ਨਾ ਬੋਲ ਸਕਦੇ, ਫਿਰ ਤੁਹਾਨੂੰ ਬਕਵਾਸ ਕਰਨ ਦਾ ਵੀ ਕੋਈ ਹੱਕ ਨਹੀਂ ਬਾਈ, ਤੁਹਾਨੂੰ ਬਕਵਾਸ ਕਰਨ ਦਾ ਵੀ ਕੋਈ ਹੱਕ ਨਹੀਂ।